ਫੇਰ ਕਹਾਂਗਾ ਜੀ ਚੀਜ਼ਾਂ ਤੇ ਉਹੀ ਹੁੰਦੀਆਂ ਨੇ ਜਿਹੜੀਆਂ ਅਸੀਂ ਰੋਜ਼ਮਰਰਾ ਪੜ੍ਹਨੇ ਸਾਨੂੰ ਪਤਾ ਵੀ ਹੁੰਦਾ ਲੇਕਿਨ ਪ੍ਰੈਕਟੀਕਲ ਕਰਕੇ ਦਿਖਾ ਦੇਵੇ ਨਾ ਬੰਦਾ ਤੇ ਉਹਦੇ ਨਾਲ ਹੀ ਆਸਾਨੀ ਹੋ ਜਾਂਦੀ ਕਿ ਦੂਸਰੇ ਬੰਦੇ ਨੂੰ ਜ਼ਰਾ ਆਸਾਨੀ ਨਾਲ ਸਮਝ ਆ ਜਾਂਦੀ ਜਿਸ ਤਰ੍ਹਾਂ ਕਿ ਅਸੀਂ ਹੁਣ ਉਜ਼ਲਾਤੀ ਸਾਹਿਬ ਵੀ ਜਿਸ ਤਰ੍ਹਾਂ ਕਿ ਚਾਰੇ ਉਂਗਲਾਂ ਦੇ ਉੱਪਰ ਆਥਰਾ ਕੇ ਤੁਹਾਨੂੰ ਪਤਾ ਵੀ ਲੱਗ ਗਿਆ ਕਿ ਜਨਾਬੀ ਉਜ਼ਲਾਤੀ ਸਾਹਿਬ ਵੀ ਨਬਜ਼ ਹੁਣ ਅਸੀਂ ਇਹਦਾ ਇਲਾਜ ਕਿਵੇਂ ਕਰਨਾ ਹੈ ਠੀਕ ਹੋ ਗਿਆ ਇਲਾਜ ਦੇ ਵਿੱਚ ਥੋੜੀ ਜੀ ਤੁਸੀਂ ਥੋੜੀ ਜੀ ਕੋਸ਼ਿਸ਼ ਕਰਨੀ ਹੈ ਜਿਨਾਂ ਬੀਨ ਨੂੰ ਅچھے ਤਰੀਕੇ ਨਾਲ ਕਰ ਸਕੂ ਜਿਸ ਤਰ੍ਹਾਂ ਕਿ ਅਸੀਂ ਨੰਬਰ 1 ਤੋਂ ਸ਼ੁਰੂ ਕਰਾਂਗੇ ਕਿ ਇਹਦੇ ਵਿੱਚ ਅਸੀਂ ਗਰਮ ਖੁਸ਼ਕ ਦਵਾ ਦੇਾਂਗੇ ਯਾਨੀ ਕਿ ਅਸੀਂ ਦੇਖ ਲੈਣਾ ਕਿ ਕਿਹੜੀ ਮਿਜ਼ਾਜ ਦੀ ਦਵਾਈ ਔਰ ਇਹਦਾ ਮਿਜ਼ਾਜ ਕੀ ਬਣਦਾ ਅਸੀਂ ਗਰਮੀ ਖੁਸ਼ਕੀ ਵਾਲਾ ਜਿਹੜਾ ਹੈ ਨਾ ਅਸੀਂ ਦੇਾਂਗੇ ਯਾਨੀ ਕਿ ਉਜ਼ਲਾਤੀ ਗੁੱਦੀ ਅਸੀਂ ਦਵਾਈਆਂ ਜਿਹੜੀਆਂ ਨੇ ਉਹਨੂੰ ਸ਼ੁਰੂ ਕਰਾਂਗੇ ਅਸਲ ਦੇ ਵਿੱਚ ਅਸੀਂ ਜਦੋਂ ਉਜ਼ਲਾਤੀ ਗੁੱਦੀ ਦਵਾਈ ਦੇਾਂਗੇ ਤੇ ਕਾਫੀ ਹੱਦ ਤੱਕ ਮਰਜ਼ ਜਿਹੜੀ ਉਹ ਕਵਰ ਹੋਣੀ ਸ਼ੁਰੂ ਹੋ ਜਾਏਗੀ ਉਸ ਤੋਂ ਬਾਅਦ ਫਿਰ ਅਸੀਂ ਕੀ ਕਰਾਂਗੇ ਕਿ ਅਸੀਂ ਯਾਨੀ ਕਿ ਗੱਲ ਹੈ ਕਿ ਸਬਕ ਨੰਬਰ ਜਿਹੜਾ 2 ਹੈ ਯਾਨੀ ਕਿ ਗੱਲ ਹੈ ਕਿ ਜਿਹੜਾ ਅਸੀਂ ਚੈਪਟਰ ਜਾਂ ਬੈਲ ਫਰਜ਼ ਦੇ ਕਿ ਜੋ ਵੀ ਮضمون ਹੈ ਅਸੀਂ ਫਿਰ ਇਹਦੇ ਵਿੱਚ ਤੀਸਰਾ ਨੰਬਰ ਲਗਾਵਾਂਗੇ ਕਿਉਂਕਿ ਇਹਦੇ ਨੰਬਰ ਬਣਾਏ ਨੇ ਔਰ ਇਹਦੇ ਵਿੱਚ ਅਸੀਂ ਫਿਰ ਤੀਸਰਾ ਨੰਬਰ ਲਾਵਾਂਗੇ ਤੇ ਉਹਦੇ ਨਾਲ ਜਿਹੜਾ ਨਾ ਆਸਾਨੀ ਨਾਲ ਬਿਮਾਰੀ ਜਿਹੜੀ ਕਵਰ ਹੋ ਜਾਏਗੀ ਮਿਸਾਲ ਤੌਰ ਤੇ ਪਹਿਲੇ ਅਸੀਂ ਗਰਮ ਖੁਸ਼ਕ ਦਵਾਈ ਦਿੱਤੀ ਠੀਕ ਹੈ ਦੋ ਦਿਨ ਅਸੀਂ ਗਰਮ ਖੁਸ਼ਕ ਦਵਾਈ ਦੇਣੀ ਉਸ ਤੋਂ ਬਾਅਦ ਕੀ ਕਰਨਾ ਜਨਾਬ ਗੁੱਦੀ ਅਜ਼ਲਾਤੀ ਠੀਕ ਹੋ ਗਿਆ ਔਰ ਗੁੱਦੀ ਅਸਾਬੀ ਯਾਨੀ ਤਰ ਗਰਮ ਗਰਮ ਤਰ ਔਰ ਗਰਮ ਖੁਸ਼ਕ ਅਸੀਂ ਅਦਵੀਆਦਾ ਇਸਤੇਮਾਲ ਕਰਾਂਗੇ ਇਹਦੇ ਨਾਲ ਬਹੁਤ ਤੇਜ਼ੀ ਨਾਲ ਜਿਹੜੀ ਬਿਮਾਰੀ ਹੈ ਯਾਨੀ ਕਿ ਜਿਹੜੀ ਸਰਦੀ ਖੁਸ਼ਕੀ ਦੀ وجہ ਤੋਂ ਪੈਦਾ ਹੋ ਗਈ ਸੀ ਉਹ ਬੜੀ ਤੇਜ਼ੀ ਨਾਲ ਕਵਰ ਹੋ ਜਾਏਗੀ ਔਰ ਮੁਕੰਮਲ ਤੌਰ ਤੇ ਮਰੀਜ਼ ਕਹੇਗਾ ਮੈਂ ਬਿਲਕੁਲ ਠੀਕ ਹਾਂ ਯਾਨੀ ਇਹ ਤੁਸੀਂ 10 ਦਿਨ ਖਵਾਣੀ 10 ਦਿਨਾਂ ਤੋਂ ਬਾਅਦ ਜਿਹੜਾ ਤੁਹਾਡੇ ਕੋਲ ਆ ਜਾਏਗਾ ਜਨਾਬ ਤੀਸਰਾ ਨੰਬਰ ਤੀਸਰੇ ਨੰਬਰ ਦੇ ਵਿੱਚ ਅਸੀਂ ਕੀ ਕਰਾਂਗੇ ਕਿ ਅਸੀਂ ਜਨਾਬਿਆਲਾ ਇੱਥੇ ਵੀ ਬੜਾ ਸਮਝ ਕੇ ਚੱਲਾਂਗੇ ਔਰ ਜਨਾਬ ਇੱਥੇ ਫਿਰ ਅਸੀਂ ਐਂਡ ਤੇ ਸਿਰਫ ਫਿਰ ਅਸੀਂ ਜਨਾਬ ਸਿਰਫ ਗੁੱਦੀ ਐ ਸਾਬੀ ਤਹਰੀਕ ਦੀ ਦਵਾਈ ਦੇਵਾਂਗੇ ਠੀਕ ਹੈ ਔਰ ਗੁੱਦੀ ਐ ਸਾਬੀ ਤਹਰੀਕ ਦੇ ਵਿੱਚ ਅਸੀਂ ਦੇ ਕਿਤੇ ਇਲਾਜ ਬੰਦ ਕਰ ਦੇਵਾਂਗੇ ਔਰ ਇਤਨਾ ਮੁਸ਼ਕਿਲ ਨਹੀਂ ਹੈ ਕਿ ਜਿਹਦੇ ਵਿੱਚ ਕਿ ਤੁਹਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਔਰ ਜਨਾਬ ਪਹਿਲੇ ਅਸੀਂ ਕਿੱਥੋਂ ਸ਼ੁਰੂ ਕੀਤਾ ਸੀ ਗਰਮ ਖੁਸ਼ਕ ਦਵਾਈ ਦਿੱਤੀ ਠੀਕ ਹੈ ਅਸੀਂ ਨੰਬਰ ਉਹ ਦਿੱ ਤਿੰਨ ਦੇ ਦਿੱਤਾ ਠੀਕ ਹੈ ਨੰਬਰ 3 ਤੋਂ 4 ਦੇ ਦਿੱਤਾ ਠੀਕ ਹੈ ਔਰ ਫਿਰ ਅਸੀਂ 3 ਤੋਂ 5 ਤੱਕ ਲੈ ਕੇ ਜਾਵਾਂਗੇ ਠੀਕ ਹੋ ਗਿਆ ਔਰ ਜਨਾਬ ਇਹ ਉਜ਼ਲਤੀ ਇਸਾਬੀ ਦੇ ਵਿੱਚ ਅਸੀਂ ਗੁੱਦੀ ਅਜ਼ਲਤੀ ਦਵਾਈਆਂ ਦਿੱਤੀਆਂ ਗਰਮ ਖੁਸ਼ਕ ਦਿੱਤੀਆਂ ਉਸ ਤੋਂ ਬਾਅਦ ਜਨਾਬ ਦੂਸਰੇ ਨੰਬਰ ਤੇ ਅਸੀਂ ਫੇਰ ਜਨਾਬ ਅਸੀਂ ਤਬਦੀਲ ਕੀਤਾ ਆਪਣੇ ਇਲਾਜ ਦਾ ਤਰੀਕਾ ਕਰ ਇਹਦੇ ਵਿੱਚ ਫੇਰ ਅਸੀਂ ਜਨਾਬਿਆਲਾ ਗੁੱਦੀ ਅਜ਼ਲਤੀ ਤੇ ਗੁੱਦੀ ਅਸਾਬੀ ਅਸੀਂ ਦਿੱਤੀਆਂ ਦਵਾਈਆਂ ਇਹਦੇ ਨਾਲ مزید ਬਿਹਤਰ ਹੋ ਗਿਆ ਮਰੀਜ਼ ਮਰੀਜ਼ ਬਿਹਤਰ ਹੋਣ ਤੋਂ ਬਾਅਦ ਫੇਰ ਅਸੀਂ ਜਦੋਂ ਤੀਸਰੇ ਨੰਬਰ ਦਾ ਜਿਹੜਾ ਚਾਰਟ ਸੀ ਉਹਨੂੰ ਇਸਤੇਮਾਲ ਕੀਤਾ ਜਿਹਦੇ ਵਿੱਚ ਇਹ ਗੱਲ ਪਹਿਲੇ ਅਸੀਂ 2 ਦਿਨ ਦੇਣੀ ਦਵਾਈ ਉਸ ਤੋਂ ਬਾਅਦ ਅਸੀਂ ਕਿ ਤਾਂ ਕਿ ਗੱਲ ਇੱਕ ਮਰੀਜ਼ ਦੇ ਜਿਹੜੇ ਪੱਠਿਆਂ ਦੇ ਅੰਦਰ ਖਿਚਾਓ ਹੋ ਰਿਹਾ ਦਰਦਾਂ ਹੋ ਰਿਹਾ ਨੇ ਉਹ ਖਤਮ ਹੋ ਜਾਣ ਫਿਰ ਉਸ ਤੋਂ ਬਾਅਦ ਅਸੀਂ ਦੋ ਨੰਬਰ ਲਗਾਣੇ ਜਿਹਦੇ ਵਿੱਚ ਇਹ ਗੱਲ ਹੈ ਕਿ ਜਿਹੜੀ ਖੁਸ਼ਕੀ ਸੀ ਉਹਦੇ ਵਿੱਚ ਤਰੀ ਆ ਜਾਵੇ ਔਰ ਜਿਹੜੀ ਸਰਦੀ ਸੀ ਉਹਦੇ ਵਿੱਚ ਗਰਮੀ ਆ ਜਾਵੇ ਤੇ ਮਰੀਜ਼ ਜਿਹੜਾ ਉਹ ਬਹੁਤ ਤੇਜ਼ੀ ਨਾਲ ਬਿਹਤਰ ਹੋਣਾ ਸ਼ੁਰੂ ਹੋ ਜਾਵੇਗਾ ਫਿਰ ਜਦੋਂ ਅਸੀਂ ਇਹ 10 ਦਿਨ ਦਵਾਈ ਦਿੱਤੀ ਉਸ ਤੋਂ ਬਾਅਦ ਜਨਾਬ ਅਸੀਂ ਫਿਰ ਸਿੰਗਲ ਤੇ ਆਵਾਂਗੇ ਤੀਸਰੇ ਨੰਬਰ ਤੇ ਤੀਸਰੇ ਨੰਬਰ ਤੇ ਵਿੱਚ ਅਸੀਂ ਜਨਾਬ ਸਿਰਫ ਗੁੱਦੀ ਐ ਸਾਬੀ ਤਹਿਰੀਕ ਜਿਹੜੀ ਉਹਨੂੰ ਉਹਦੀਆਂ ਦਵਾਈਆਂ ਦੇਵਾਂਗੇ ਜਿਹਦੇ ਨਾਲ ਇੱਕ ਮਰੀਜ਼ ਜਿਹੜਾ ਬਹੁਤ ਈਜ਼ੀ ਨਾਲ ਠੀਕ ਹੋ ਜਾਏਗਾ ਤੇ ਔਰ ਉਸ ਤੋਂ ਬਾਅਦ ਇਹ ਗੱਲ ਕਿ ਅਸੀਂ ਆਪਣਾ ਇਲਾਜ ਜਿਹੜਾ ਬੰਦ ਕਰ ਦਾਂਗੇ ਇਹ ਵੀ ਅਸੀਂ ਸਿਰਫ 5-7 ਦਿਨ ਦੇਵਾਂਗੇ ਉਹ ਤਾਂ ਕਿ ਗੱਲ ਕਿ ਮਰੀਜ਼ ਜਿਹੜਾ ਅੱਛੀ ਤਰ੍ਹਾਂ ਆਪਣੇ ਆਪ ਨੂੰ ਕਵਰ ਕਰ ਜੇ ਜਿਹੜੀ ਖੁਸ਼ਕੀ ਸੀ ਉਹ ਤਰੀਨੇ ਖਤਮ ਕਰਤੀ ਤੇ ਜਿਹੜੀ ਸਰਦੀ ਸੀ ਉਹ ਗਰਮੀ ਨੇ ਖਤਮ ਕਰਦੀ ਲੋ ਜੀ ਮਰੀਜ਼ ਤੁਹਾਡਾ ਇਨਸ਼ਾਅੱਲਾਹ ਤਾਲਾ ਨਾ ਹੀ ਤੋ ਕਹਵੇਗਾ ਮੇਰੇ ਪੱਠਾਂ 'ਚ ਦਰਦ ਹੈ ਨਾ ਕਹਵੇਗਾ شدید ਕਬਜ਼ ਹੈ ਨਾ ਹੀ ਤੁਹਾਨੂੰ ਕਹਵੇਗਾ ਕਿ ਜੀ ਮੈਨੂੰ ਕੋਈ ਮਸਲਾ ਹੈ ਨਾ ਹੀ ਤੁਹਾਨੂੰ ਕਹਵੇਗਾ ਕਿ ਜੀ ਇੰਤਿਸ਼ਾਰ ਦੀ ਕਮੀ ਨਾ ਹੀ ਤੁਹਾਨੂੰ ਇਹ ਕਹਵੇਗਾ ਕਿ ਜੀ ਬਾਰ ਬਾਰ ਇਤਲਾਮ ਹੋ ਰਿਹਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿੰਟੋ ਮਿੰਟੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹੀ ਇਹ ਦਾ ਇਲਾਜ ਤਰੀਕਾ ਕਰ ਔਰ ਕਿਉਂਕਿ ਮੈਨੂੰ ਇਸ ਵਜ੍ਹਾ ਤੋਂ ਬਹੁਤ ਜ਼ਿਆਦਾ ਪਸੰਦ ਹੈ ਕਿ ਇੱਕ ਤੇ ਛੋਟੇ ਲੈਵਲ ਦਾ ਕੰਮ ਹੈ ਦੂਸਰੇ ਨੰਬਰ ਤੇ ਕਿ ਜਨਾਬੇ ਦੀ ਜਿਹੜੀ ਤਾਕਤ ਹੈ ਬਹੁਤ ਜ਼ਿਆਦਾ ਇਸ ਵਜ੍ਹਾ ਤੋਂ ਇਹਦੇ ਵਿੱਚ ਜਿਹੜੇ ਲੋਕ ਇਲਾਜ ਮੋਲਜਾ ਕਰਨਾ ਜਾਣਦੇ ਨੇ ਉਹ ਫਲਾਂ ਦੇ ਹਵਾਲੇ ਨਾਲ ਮਿਜ਼ਾਜਾਂ ਨੂੰ ਜਾਣ ਲੈਣ ਦਵਾਈਆਂ ਦੇ ਮਿਜ਼ਾਜਾਂ ਨੂੰ ਜਾਣ ਲੈਣ ਖੁਰਾਕਾਂ ਦੇ ਮਿਜ਼ਾਜ ਨੂੰ ਜਾਣ ਲੈਣ ਇਸੇ ਤਰ੍ਹਾਂ ਜਨਾਬ ਉਹ ਆਪਣੇ ਮੌਸਮਾਂ ਦੇ ਮਿਜਾਜ ਨੂੰ ਜਾਣ ਲੈਣ ਤੇ ਅੱਲਾਹ ਦੇ ਫਜ਼ਲ ਨੇ ਇਨਸ਼ਾ ਅੱਲਾਹ ਤਾਲਾ ਕੋਈ ਇਤਨਾ ਮੁਸ਼ਕਲ ਹੀ ਨਹੀਂ ਹੈ ਕਿ ਜਨਾਬ ਇਹਦੇ ਵਿੱਚ ਅਸੀਂ ਇਤਨਾ ਬੜਾ ਲੰਮਾ ਚੌੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਏ ਕਿ ਨਹੀਂ ਜੀ ਉਹ ਤੇ ਸਾਡੀ ਸਮਝ ਨਹੀਂ ਆਉਂਦਾ ਜਾਂ ਇਹ ਨਹੀਂ ਹੁੰਦਾ ਓ ਜਨਾਬ ਇਹਦਾ ਕੋਈ ਮੁਸ਼ਕਲ ਹੀ ਕੰਮ ਕੋਈ ਨਹੀਂ ਅੱਲਾ ਦੇ ਫਜ਼ਲ ਨਾਲ 1 2 ਮਿੰਟ ਦੇ ਵਿੱਚ ਜਨਾਬ ਬੰਦਾ ਹਰ ਚੀਜ਼ ਨੂੰ ਬਿਹਤਰੀਨ ਤਰੀਕੇ ਨਾਲ ਕਵਰ ਕਰ ਲੈਂਦਾ ਔਰ ਉਹਨੂੰ ਸਮਝ ਆ ਜਾਂਦੀ ਹੁਣ ਮੈਨੂੰ ਲੱਗਦਾ ਦੋਸਤਾਂ ਦੀ ਗੱਲ ਸਮਝ ਆ ਗਈ ਹੋਣੀ ਜਿਹੜੀ ਨਬਜ਼ ਦੋ ਉਂਗਲਾਂ ਤੇ ਮਹਿਸੂਸ ਹੋਵੇ ਜਿਹੜਾ ਮੈਂ ਇਲਾਜ ਤੁਹਾਨੂੰ ਦੱਸਿਆ ਇਹ ਉਹ ਇਲਾਜ ਏ ਕਿ ਜਿਹੜਾ ਪਹਿਲੇ ਇੱਕ ਨੰਬਰ ਦੇਣਾ ਫਿਰ ਦੋ ਨੰਬਰ ਫਿਰ ਤਿੰਨ ਨੰਬਰ ਤਿੰਨ ਦੋ ਨੰਬਰ ਦੇ ਕੇ ਇਲਾਜ ਮੁਕੰਮਲ ਕਰ ਲੈਣਾ ਔਰ ਅੱਲਾ ਦੇ ਫਜ਼ਲ ਇਨਸ਼ਾ ਅੱਲਾ ਤਾਲਾ ਦੁਆਏ ਖੈਰ ਚ ਯਾਦ ਕਰਦੇ ਰਹਿਣਾ ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ ਰੱਖੇ ਜੀਂਦੇ ਵਾਸਤੇ ਰਹੂ ਅੱਲਾਹ ਤਾਲਾ ਤੁਹਾਡਾ ਸਾਡਾ ਸਾਰਿਆਂ ਦਾ ਹਾਮੀ ਨਾਸਰ ਹੋਵੇ ਅਸਲਾਮੁਅਲੈਕਮ ਜੀ